ਫਿਲਮੀ ਕਲਾਕਾਰ ਧਰਮਿੰਦਰ ਦੇ ਬੇਟੇ ਸਨੀ ਦਿਓਲ ਦਾ ਬੀਜੇਪੀ ਵਿੱਚ ਸ਼ਾਮਲ ਹੋਣ ਤੇ ਧਰਮਿੰਦਰ ਦੇ ਪਿੰਡ ਸਾਹਨੇਵਾਲ 'ਚ ਬੀਜੇਪੀ ਅਕਾਲੀ ਵਰਕਰ ਅਤੇ ਪਿੰਡ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਵਰਕਰਾਂ ਅਤੇ ਪਿੰਡ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਪਟਾਖੇ ਜਲਾਏ। ਸਨੀ ਦਿਓਲ ਬੀਜੇਪੀ ਸ਼ਾਮਿਲ ਹੋਇਆ, ਬਹੁਤ ਉਹਨਾਂ ਨੂੰ ਮੁਬਾਰਕਾਂ ਜੀ ਬੀਜੇਪੀ ਸ਼ਾਮਿਲ ਹੋਣ ਦੀਆਂ। ਅਸੀਂ ਸਾਰੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਬੀਜੇਪੀ ਜਾਣ ਦੇ, ਕਿਉਂਕਿ ਉਹਨਾਂ ਦੇ ਪਹਿਲਾਂ ਹੀ ਫੈਮਿਲੀ ਮੈਂਬਰ ਸਾਰੇ ਬੀਜੇਪੀ 'ਚ ਸੀ। ਅੱਜ ਸਾਡੇ ਸਾਰੇ ਸਾਹਨੇਵਾਲ ਪਿੰਡ ਨਿਵਾਸੀਆਂ ਨੇ ਲੱਡੂ ਵੰਡ ਕੇ, ਪਟਾਕੇ ਚਲਾ ਕੇ ਬਹੁਤ ਉਹਨਾਂ ਦਾ ਸ਼ੁਕਰੀਆ ਕੀਤਾ, ਜਿਵੇਂ ਲਾ ਲਓ ਬਹੁਤ ਬਹੁਤ ਅਸੀਂ ਖੁਸ਼ ਹਾਂ ਜੀ ਸਾਰੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।